ਕਾਨਾ ਵਾਲੇ ਯਾਰ ਜੱਟ ਦੇ ਜੱਟ ਨਾਲ ਪੱਕੀਆਂ ਜਵਾਨਾਂ ਕਰਕੇ ਹੁਣ ਜਵਾਨਾਂ ਪਗਾਉਣ ਵੀ ਆਉਣਾ ਪੈਂਦਾ ਕਹਿੰਦੇ ਕਬੱਡੀ ਦੇ ਖਿਡਾਰੀਆਂ ਨੂੰ ਵੱਡਾ ਮੈਚ ਹੈ ਸ਼ਕਰਪੁਰੀਆ ਹੰਦਾ ਦੇ ਦਰਮਿਆਨ ਚੱਲਿਆ ਉਧਰ ਸੱਤੀ ਚੱਲਿਆ ਐਨ ਕਹਿੰਦੇ ਦੋਨੋਂ ਖਿਡਾਰੀ ਮੇਰੇ ਵੀਰੋ ਐਨ ਤਿਆਰੀ ਕਰ ਰਿਹਾ ਸੱਚੇ ਪਾਤਸ਼ਾਹ ਨੂੰ ਅੱਲਾ ਨੂੰ ਯਾਦ ਕੀਤਾ ਜਾ ਰਿਹਾ ਵੱਡਾ ਮੈਚ ਹੋਣਾ ਹੈ ਆਓ ਦੁਨੀਆਂ ਨੇ ਆਨੰਦ ਮਾਣਨਾ ਹੈ ਸਿਰੇ ਦੀ ਟੱਕਰ ਹੋਣੀ ਹੈ ਆਓ ਪੂਰੀ ਇਸ ਵੇਲੇ ਬਿਲਕੁਲ ਤਿਆਰੀ ਦੇ ਵਿੱਚ ਹੈ ਆਓ ਦਰਸ਼ਕ ਕਹਿੰਦੇ ਪਾਪਾ ਪਾਰ ਹੋ ਗਿਆ ਆਓ ਪਾਪਾ ਪਾਰ ਹੋ ਗਿਆ ਪੂਰੀ ਲਾਈਨ ਤੇ ਖੜ ਗਿਆ ਮੇਰੇ ਵੀਰੋ ਪੂਰੀ ਲਾਈਨ ਤੇ ਖੜ ਗਿਆ ਪੂਰੀ ਲਾਈਨ ਤੇ ਖੜ ਗਿਆ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਅਕਾਲਗੜ੍ਹ ਦੇ 25ਵੇਂ ਕੱਪ ਦੇ ਫਾਈਨਲ ਮੈਚ ਦੀ ਸ਼ੁਰੂਆਤ ਤਾੜੀਆਂ ਮਾਰਦੇ ਦਰਸ਼ਕ ਵੀਰੋ ਉਧਰ ਜੇ ਅੰਦਰ ਜੀ ਤਿੰਨ ਜੱਫੇ ਲਾਉਣਾ ਸੁਖਵਿੰਦਰ ਬਰਾੜ ਬਾਈ ਜਸੀਰ ਉਹਨਾਂ ਦੇ ਵੱਲੋਂ 2100 ਹੋਵੇਗਾ ਤੇ ਜੇ ਫਰਿਆਦ ਤਿੰਨ ਜੱਫੇ ਲਾਉਣਾ ਉਹਦੇ ਲਈ ਵੀ 2100 ਦੇ ਹੋਣਗੇ ਲਓ ਛੰਨਾ ਵਾਲੇ ਭੂਰੀ ਦੀ ਰੇ ਅਮਰਤ ਸਾਡਾ ਵੀਰ ਉਹਦੇ ਵੱਲੋਂ 500 ਦਿੱਤਾ ਜਾਵੇਗਾ ਪਹਿਲੇ ਨੰਬਰ ਦੇ ਉੱਪਰ ਲਓ ਪਈ ਹੋਈ ਰੇ ਭੂਰੀ ਭੂਰੀ ਆਨੰਦ ਮਾਰ ਰਹੀ ਹੈ ਦੁੱਬਲੀ ਵਾਲਾ ਚੱਲਿਆ ਡਾਰਿਆ ਕਰੀ ਗੱਲ ਆਓ ਕਹਿੰਦੇ ਭੀਮ ਦੀ ਕਬੱਡੀ ਪੈ ਰਹੀ ਆ ਸਿਰੇ ਦਾ ਫਾਈਨਲ ਵੱਡਾ ਫਾਈਨਲ ਆਓ ਬਾਹੂ ਅਕਬਰ ਪਰਵਾਸ ਸ਼ੀਲੂ ਟਰਾਈ ਕਰਦਾ ਪਰ ਨੰਬਰ ਰੇਡਰ ਦਾ ਵੀ ਦਿਆਲਪੁਰੇ ਆ ਰਿਹਾ ਬੈਸਟਾਂ ਦੀ ਡਿਊਟੀ ਹੋਈ ਆ ਕਮਲ ਕੋਈ ਨੀ ਟੈਨਸ਼ਨ ਨਾ ਲੈ ਬਿੱਲਾ ਗਾਲਬ ਦੀ ਡਿਊਟੀ ਲੱਗੀ ਹੋਈ ਹੈ ਕਮਲ ਸਾਡਾ ਵੀਰ ਵੱਡੀ ਜ਼ਿੰਮੇਵਾਰੀ ਹੈ ਭੋਲੇ ਹੋਣਾ ਦੀ ਆਓ ਕਲਸੀਆਂ ਵਾਲਾ ਆਓ ਲੱਗਿਆ ਲੱਤੀ ਆਓ ਲੱਗਿਆ ਹੋਇਆ ਲੱਤੀ ਇੰਦਰਜੀਤ 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 ਕਲਸੀਆਂ ਵਾਲਾ ਕਲਸੀਆਂ ਵਾਲਾ ਆਓ ਕਲਸੀਆਂ ਵਾਲਾ ਸਿਰੇ ਦਾ ਜੱਫਾ ਲਾ ਗਿਆ ਆਓ ਕਹਿੰਦੇ ਸਿਰੇ ਦਾ ਜੱਫਾ ਲਾ ਗਿਆ ਤੇ ਬੁਲਟ ਦੀ ਸੀਟ ਦੇ ਨੇੜੇ ਆ ਗਿਆ ਆਓ ਕਹਿੰਦੇ ਬੁਲਟ ਦੀ ਸੀਟ ਦੇ ਨੇੜੇ ਆ ਗਿਆ ਭੋਲੂ ਕਾਲਗੜ੍ਹ ਦੇ ਵੱਲੋਂ ਜਿਹੜਾ ਲੁੱਧਰ ਨੂੰ ਜੱਫਾ ਲਾ ਦੇਗਾ 1000 ਦੇ ਵੱਡੇ ਮਾਣ ਹੋਣਗੇ ਲਓ ਰਿੰਕੂ ਖਰਾਟੀ ਬੌਂਦਰੀ ਤਿਆਰ ਵਰ ਤਿਆਰ ਫਾਈਨਲ ਚੱਲ ਰਿਹਾ ਅਕਾਲਗੜ੍ਹ ਦੇ ਵੱਡੇ ਮੇਲੇ ਦਾ ਦੁਨੀਆਂ ਦੇ ਵਿੱਚ ਧੁੰਮ ਹੈ ਪਈ ਹੋਈ ਰੇਡ ਤੇ ਚੌ ਜਾਫੀਆਂ ਦੇ ਵਿੱਚੋਂ ਕੌਣ ਜੱਫਾ ਲਾ ਕੇ ਬੰਦੇ ਬੰਦੇ ਕਰਾਵੇਗਾ ਲਓ ਸਿਰੇ ਦਾ ਮੁਕਾਬਲਾ ਆਓ ਸਾਹਮਣੇ ਰਿੰਕੂ ਤੇ ਸੱਤੀ ਸੱਤੀ ਤੇ ਰਿੰਕੂ ਆਓ ਖਰਾਟੀ ਲਓ ਪੂਰੀ ਫੇਰ ਚੱਲਿਆ ਮੇਰੇ ਵੀਰੋ ਪੂਰੀ ਫੇਰ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਹੋਇਆ ਲੈ ਵੀ ਅਮਰ 1500 ਦੀ ਦੂਜੀ ਰੇਲ ਪੈ ਰਹੀ ਹੈ ਛੰਨਾ ਵਾਲੇ ਭੂਰੀ ਦੀ ਗੁਗਲ ਕਹਿੰਦਾ ਵੀ ਮੁੰਡੇ ਨੂੰ ਸਕਾਰਪੀਓ ਦੇਣੀ ਹੈ ਆਓ ਸਕਾਰਪੀਓ ਦਿੱਤੀ ਜਾਣੀ ਟੌਪ ਮਾਡਲ ਕਹਿੰਦੇ ਭਗਵਾਨਪੁਰ ਦੀ ਟੀਮ ਵੱਲੋਂ ਆਹ ਲੋਰੀਅਨ ਗਬਰੂ ਨੂੰ ਆਓ ਪਈ ਫਿਰ ਰੇਡ ਆਓ ਮੁਕਾਬਲਾ ਮੁਕਾਬਲਾ ਇਹਨੂੰ ਮਲੂਕ ਕਹਿੰਦੇ ਆ ਮੇਰੇ ਵੀਰੋ ਮਲੂਕ ਕਹਿੰਦੇ ਆ ਉਹ ਕਾਲਗੜ੍ਹ ਨਿਆਰਾ ਸਿਰਾ ਹੋਈ ਜਾਂਦਾ ਸਿਰਾ ਹੋਈ ਜਾਂਦਾ ਜੇ ਫਰਿਆਦ ਤਿੰਨ ਜੱਫੇ ਲਾਉਂਦਾ ਜਗਰੰਦਰ ਕਾਲਗੜ੍ਹ ਦੇ ਵੱਲੋਂ 5000 ਦੇ ਵੱਡੇ ਮਾਣ ਹੋਣਗੇ ਤਾਂ ਰੇਲ ਪਾਉਣ ਦੇ ਲਈ ਕਹਿੰਦੇ ਤੇ ਦੁੱਬਲੀ ਵਾਲਾ ਸ਼ੀਲੂ ਆਹ ਦੁੱਬਲੀ ਵਾਲਾ ਭੀਮ ਤਕੜਾ ਜੋੜਦਾ ਹੋਇਆ ਨੰਬਰ ਜਿਹੜੇ ਐਕਸ਼ਨ ਦੇ ਵਿੱਚ ਨੇ ਕਿਰਪਾ ਕਰਕੇ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਕੁਝ ਲੈ ਜਾਓ ਤਿਰਬੇ ਵਾਲਾ ਲੁੱਧਰ ਚੱਲਿਆ ਲੁੱਧਰ ਚੱਲਿਆ ਬੁਲਟ ਮੋਟਰਸਾਈਕਲ ਬੈਸਟਾਂ ਨੂੰ ਹੈ ਲੁੱਧਰ ਨੂੰ ਕਹਿੰਦੇ ਬੁਲਟ ਅਮਰਦੀਪੀ ਸਿੱਧੂ ਨੇ ਦੇਣਾ ਹੈ ਅਮਰੀਕਾ ਦੇ ਵਿੱਚ ਵੱਸਦਾ ਸਾਡਾ ਵੀਰ ਰਾਕਵੇ ਵਾਲਾ ਦੀਪੀ ਸਿੱਧੂ ਕਹਿੰਦਾ ਬੁਲਟ ਨਾਲ ਮਾਣ ਕਰਨਾ ਮੁੰਡੇ ਦਾ ਆਹ ਸ਼ਕਰਪੁਰੀਆ ਕਹਿੰਦਾ ਕਹਿੰਦੇ ਤੀਰ ਟਕਾਣੇ ਲਾਉਣ ਵਾਲੀ ਗੱਲ ਹੋ ਗਿਆ ਆ ਭੰਗੜੇ 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 ਪੈ ਰਹੇ ਸ਼ਕਰਪੁਰੀਏ ਵੀ ਸਿਰੇ ਦੀ ਟੀਮ ਬਣਾ ਕੇ ਲਿਆ ਹੈ ਆਓ ਸਾਹਮਣੇ ਥਾਂ ਜੱਫਾ ਜੱਫੇ ਤੇ ਜੱਫਾ ਥਾਂ ਜੱਫਾ ਫਰਿਆਦ ਨੇ ਲਾਤਾ ਉਹ ਜੱਸਿਆ ਲਾ ਜੱਫਾ ਜੱਫੇ ਤੇ ਜੱਫਾ ਥਾਂ ਜੱਫਾ ਉਹਦੇ ਵਿਰਿੰਦਰ ਬਰਾੜ ਨਿਰਮਲ ਬਰਾੜ ਤੇ ਨਾਲ ਬਾਈ ਜਸੀਰ ਆਸਟ੍ਰੇਲੀਆ ਦੇ ਵੱਲੋਂ ਰਿੰਕੂ ਖਰਾਟੀ ਦੀਆਂ 3 ਰੇਡਾਂ 3000 ਦੀਆਂ ਕਲਸੀਆਂ ਵਾਲਾ ਕਲਸੀਆਂ ਵਾਲਾ ਹੁਣ ਕਿੱਕ ਮਾਰ
ਮਾਰ ਲੈ ਇਹ ਬੁਲਟ ਦੇ ਨੇੜੇ ਹੋ ਗਿਆ ਹਲਸੀਆਂ ਵਾਲਾ ਹੁਣ ਕਿੱਕ ਮਾਰਦਾ ਮੇਰੇ ਵੀਰੋ ਐਨ ਗੱਲਾਂ ਵੱਖਰੀਆਂ ਬੜੀਆਂ ਪਈਆਂ ਖਰੈਟੀ ਚੱਲਿਆ ਇਸ ਵੇਲੇ ਖਰੈਟੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਰਿੰਕੂ ਵਧਿਆ ਹੋਇਆ ਆ ਰਿੰਕੂ ਖਰੈਟੀ ਨੇ ਕਬੱਡੀ ਪਾ ਦਿੱਤੀ ਹੈ ਲਾਂਡਰਾ ਮਾਰੇ ਜੈਜੀ ਨੂੰ ਮਾਰ ਹੈ ਆ ਸਾਈਪ੍ਰੈਸ ਵਾਲੇ ਰਮਨੇ ਨੂੰ ਮਾਰ ਹੈ ਆ ਸ਼ੀਲੂ ਹੈ ਹਰਿਆਣੇ ਦੇ ਵੱਡੇ ਸਟਾਰ ਪੰਜਾਬ ਦੇ ਖੇਡ ਮੈਦਾਨ ਦੇ ਵਿੱਚ ਟੱਕਰ ਪਈ ਹੋਈ ਹਰਿਆਣੇ ਦਾ ਭੀਮ ਦੇ ਦੋ ਜੱਫੇ ਹੋ ਗਿਆ ਜਗਰੰਦਰ ਵਾਲੇ ਤੀਜਾ ਲਾ ਗਿਆ 5000 ਦੇ ਵੱਡੇ ਮਾਲ ਹੋਣਗੇ ਲਓ ਸੰਦੀਪ ਲੁੱਧਰ ਆ ਗਿਆ ਵੱਡਾ ਮਾਲ ਆ ਗਿਆ ਉਹ ਦਿਰਬੇ ਵਾਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਭਾ ਰਿਹਾ ਜੱਟਪੁਰੇ ਵਾਲੇ ਮਾਨ ਨੇ ਡੀ ਬਣਾਈ ਆ ਆਓ ਸਾਹਮਣੇ ਨੰਬਰ ਦਿਰਬੇ ਵਾਲੇ ਲੁੱਧਰ ਰਹਿ ਮੇਰੇ ਵੀਰੋ ਉਂਗਲਾਂ ਤੇ ਸੱਟ ਲੱਗੀ ਹੋਈ ਹੈ ਪਰ ਫਿਰ ਵੀ ਨੌਜਵਾਨ ਐਨ ਕਬੱਡੀਆਂ ਭਾ ਰਿਹਾ ਬਾਬਾ ਮੇਰ ਕਰੇ ਸੰਦੀਪ ਲੁੱਧਰ ਥੋੜੀ ਖੱਲੀ ਚੜੀ ਅੰਦਰ ਜੀਤ ਕਹਿੰਦਾ ਬਾਬਾ ਮੇਰ ਕਰੇ ਸਾਰਿਆਂ ਦਾ ਧੰਨਵਾਦ ਜਿਹਨਾਂ ਦੀ ਸਪੋਰਟ ਹੈ ਵੀਰੇ ਗਰਾਊਂਡ ਦੇ ਵਿੱਚ ਜਿਹਦੀ ਡਿਊਟੀ ਨੀ ਭਰਾ ਬਣ ਕੇ ਗਰਾਊਂਡ ਵੀ ਕਲੀਅਰ ਹੀ ਰੱਖੀਏ ਆਪਾਂ ਜਿਹੜੇ ਸਪੇਅਰ ਉਹ ਬੈਠ ਜਾਣ ਵੀਰ ਬਣ ਕੇ ਜਿਹੜੇ ਸਪੇਅਰ ਉਹ ਬੈਠ ਜਾਣ ਲਓ ਅਗਲੀ ਰੇਡ ਕੌਣ ਪਾਵੇਗਾ ਸਿਰੇ ਦਾ ਮੁਕਾਬਲਾ ਵੱਡਾ ਫਾਈਨਲ ਚੱਲ ਰਿਹਾ ਅਕਾਲਗੜ੍ਹ ਦੇ ਮੇਲੇ ਦਾ ਗੋਗੀ ਬਰਾੜ ਦੀ ਸਰਪੰਚ ਸਾਹਿਬਾਂ ਨੂੰ ਵੱਡੀ ਮੁਬਾਰਕਬਾਦ ਹੈ ਵੀ ਦੁਨੀਆਂ ਦੇ ਵਿੱਚ ਧੁੰਦ ਪਈ ਹੋਈ ਹੈ ਲਓ ਰੇਲ ਪਾਉਣ ਦੇ ਲਈ ਕਹਿੰਦੇ ਫੇਰ 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 ਦੁੱਬਲੀ ਵਾਲਾ ਭੀਮ ਇਸ ਵੇਲੇ ਕਬੱਡੀ 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 ਕੋਈ ਸਮਾਂ ਸੀ ਸਖਰਾਜ ਕਬੱਡੀ 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 ਕਹਿਣਾ ਪੈਂਦਾ ਸੀ ਜਦੋਂ ਸਾਹ ਮੇਰਾ ਵੀ ਚੜ ਗਿਆ ਸੀਗਾ ਪਰ ਇੰਨੇ ਟਾਈਮ ਨੂੰ ਉਦੋਂ ਰੈਫਰੀ ਨੰਬਰ ਦੇ ਦਿੰਦਾ ਸੀਗਾ ਗੱਲ ਸਮੇਂ ਦੀ ਹੈ ਲਓ ਸਾਹਮਣੇ ਕਹਿੰਦੇ ਭੋਰੀ ਫੇਰ ਆ ਗਿਆ ਵੀ ਕਮਲ ਸਿਰੇ ਦਾ ਮੇਲਾ ਚੱਲ ਰਿਹਾ ਉਹ ਦੁਨੀਆਂ ਖੁਸ਼ ਆ ਵੱਡੇ ਸਟਾਰਾਂ ਦੀ ਟੱਕਰ ਲਓ ਇੱਕ ਪਾਸੇ ਫਰਿਆਦ ਇੰਦਰਜੀਤ ਮਲੋਕ ਤਿਆਰ ਚਾਰਾਂ ਦੇ ਵਿੱਚੋਂ ਕੌਣ ਉਹ ਚਿੱਟੀਆਂ ਨਿਕਲਾਲੇ ਛਾਏ ਹੋਇਆ ਉਹ ਛਨਾਰਾ ਕਹਿੰਦੇ ਸ਼ੂਕ ਦਾ ਤੁਰਿਆ ਹੋਇਆ ਭੋਰੀ ਨੰਬਰ ਲੈ ਗਿਆ ਰੇਡ ਤੇ ਸਾਜੀ ਆ ਗਿਆ ਮੇਰੇ ਵੀਰੋ ਹੈ ਸ਼ਹਿਜਾਦ ਆ ਗਿਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਡਾ ਵੱਡਾ ਮੈਚ ਵੱਡੇ ਨਾਮ ਕਮਲ ਹੋਣਾ ਦਾ ਭੋਲੇ ਹੋਣਾ ਦਾ ਧੰਨਵਾਦ ਸ਼ੀਲੂ ਟੁੱਟ ਟੁੱਟ ਪੈਂਦਾ ਹਰਿਆਣੇ ਉਹ ਆਇਆ ਆਹ ਸਵਾਦ ਕੀਤਾ ਹੋਏ ਮੁੰਡਿਆ ਆਹ ਸਵਾਦ ਕੀਤਾ ਹੋਏ ਸ਼ਾਜੀ ਨਹੀਂ ਉਰੀਸਾ ਤੇਰੀ ਹੈ ਆਹ ਲੁੱਧਰ ਚੱਲਿਆ ਇਸ ਵੇਲੇ ਦਿਰਬੇ ਵਾਲਾ ਕਹਿੰਦੇ ਲੁੱਧਰ ਆ ਗਿਆ ਆਹ ਦਿਰਬੇ ਵਾਲਾ ਲੁੱਧਰ ਫਰਿਆਦ ਦੁਨੀਆਂ ਨੂੰ ਕਹਿੰਦੇ ਆਉਂਦਾ ਇਹਦੀ ਖੇਡ ਦਾ ਸਵਾਦ ਇਹਨੂੰ ਕਹਿੰਦੇ ਫਰਿਆਦ ਅੱਲਾ ਦੀ ਹੈ ਮੇਰ ਮੁੰਡਾ ਬੜਾ ਹੈ ਸ਼ੇਰ ਉਧਰ ਬਾਈ ਲਈ 500 ਜਗਰੰਦਰ ਕਾਰ 5000 ਦੇ ਵੱਡੇ ਮਾਨ ਉਹ ਕਹਿੰਦੇ ਅਗਲੀ ਰੇਲ ਦਾ ਵੀ ਅਮਨ ਕਰੀ ਗੱਲ ਲਾ ਸਾਹਮਣੇ ਇਸ ਵੇਲੇ ਪਈ ਹੋਈ ਨੌਜਵਾਨ ਦੁੱਪਲੀ ਵਾਲੇ ਭੀਮ ਦੀ ਕਬੱਡੀ ਮੇਰੇ ਵੀਰੋ ਕਿਹੜਾ ਖਿਡਾਰੀ ਪੱਲੇ ਪੱਲੇ ਕਰਵਾਵੇਗਾ ਸ਼ੀਲੂ ਪਰ ਭੀਮ ਦੁੱਪਲੀ ਦਾ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਐਨ ਸਿਰਾ ਲੱਗਿਆ ਪਿਆ ਭੋਰੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਵੱਧ ਰਿਹਾ ਭੋਰੀ
ਬੁਲਟ ਕਹਿੰਦੇ ਰੋਜੀ ਬਰਕੰਦੀ ਵੱਲੋਂ ਸਪਾਂਸਰ ਕੀਤੇ ਗਏ ਹੈ, ਐਨ ਰੋਜੀ ਬਰਕੰਦੀ ਉਹਨਾਂ ਵੱਲੋਂ ਬੁਲਟ ਮੋਟਰਸਾਈਕਲ ਸਪਾਂਸਰ ਕੀਤੇ ਗਏ ਹੈ। ਲੈ ਵੀ ਕਮਲ ਲੈ ਵੀ ਭੋਲੇ ਵੀਰ ਸਿਰਾ ਲੱਗ ਗਿਆ ਫਾਈਨਲ ਚੱਲ ਰਿਹਾ ਵੱਡੇ ਸਟਾਰਾਂ ਦੀ ਟੱਕਰ ਅਕਾਲਗੜ੍ਹ ਦਾ ਮੇਲਾ ਤੇ ਸ਼ੀਨੂ ਤੇ ਭੀਮ ਕਰੇ ਕਮਾਲ। ਬਸ ਰਵਿੰਦਰ ਸਿੰਘ ਪਹਿਲਵਾਨ ਬਾਹੂ ਅਕਬਰਪੁਰ ਵਾਲਿਆਂ ਦਾ ਚੰਡਾ ਹੋਇਆ, ਇਹ ਗੱਭਰੂ ਜੀ ਨੇ ਸਿਰਾ ਕਰਵਾਇਆ ਰੇਡ ਤੇ। ਆਹ ਲੋਧਰ ਫੇਰ ਆ ਗਿਆ ਤਿੜਬਿਆ, ਲੋਧਰ ਫੇਰ ਆ ਗਿਆ, ਆਹ ਲੋਧਰ ਫੇਰ ਆ ਗਿਆ, ਲੋਧਰ ਫੇਰ ਆ ਗਿਆ। ਆਹ ਕਾਲਗੜ੍ਹ ਦਾ ਮੇਲਾ ਸਿਰਾ ਹੋਇਆ ਪਿਆ, ਦੁਨੀਆਂ ਦੇ ਵਿੱਚ ਚਰਚਾ ਛਿੜੀ ਹੋਈ ਹੈ। ਆਹ ਵੱਡਾ ਕਾਠਾ ਫਾਈਨਲ ਚੱਲ ਰਿਹਾ, ਟੌਪ ਦਾ ਜੱਫਾ ਮੇਰੇ ਵੀਰੋ ਹੈ, ਸਿਰਾ ਹੋ ਗਿਆ, ਸਿਰਾ ਹੋ ਗਿਆ, ਪਿਆਰ ਦੇ ਰਹੀ ਹੈ, ਸਿਆਦ ਪਿਆਰ ਦੇਣਾ। ਹੈਲੋ, ਗਰਾਊਂਡ ਕਲੀਅਰ ਰੱਖੋ ਵੀਰੇ, ਗਰਾਊਂਡ ਕਲੀਅਰ, ਗਰਾਊਂਡ ਕਲੀਅਰ ਰੱਖੋ। ਉਹ ਡਾਕਟਰ ਵੀਰੇ ਦੇ ਨਜ਼ਾਰਾ ਆ ਰਿਹਾ ਤੇ ਇੱਕ ਵਾਰੀ ਲਲਕਾਰਾ, ਸ਼ੀਨੂ ਦੋ ਜੱਫੇ ਲਾ ਦੇ ਤੇ ਸੁਖਜਿੰਦਰ ਪਾਲ ਹੋਣਾ ਵੱਲੋਂ 2100 ਹੋਰ ਦਿੱਤਾ ਜਾਣਾ ਹੈ। ਆਓ ਸ਼ਾਜੀ 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 ਇਸ ਵੇਲੇ ਆਓ ਸਾਹਮਣੇ ਨੌਜਵਾਨ ਗੱਭਰੂ ਦੇ ਨਾਲ ਮੁਕਾਬਲਾ ਕਰਕੇ ਸ਼ਾਜੀ ਨੰਬਰ ਲੈ ਗਿਆ ਰੇਡ ਤੇ। ਆਓ ਰੇਡ ਤੇ ਕਹਿੰਦੇ ਭੂਰੀ ਫੇਰ ਆ ਗਿਆ, ਛੰਨਾ ਵਾਲਾ ਭੂਰੀ ਫੇਰ ਆ ਗਿਆ ਕਿ ਵਿੱਚ ਜੋਸ਼ ਦੇ ਆਏ ਫਿਰਦੇ ਚੋਪੜ ਹੁਣਤਾ ਸਾਰੇ, ਆਹ ਮੈਚ ਪੂਰਾ ਇਹ ਫਸ ਗਿਆ। ਦੇਖਿਓ ਆਉਂਦੇ ਫੁੱਲ ਨਜ਼ਾਰੇ ਕਿ ਸੁਖਰਾਜ ਰੋਡਿਆਂ ਵਾਲਿਆ, ਆਹ ਦੁਨੀਆਂ ਪੱਬਾਂ ਤੇ ਹੋ ਕੇ ਖੜ ਗਈ, ਹੋ ਜੂ ਹੁਣੇ ਨਿਤਾਰਾ ਬਈ ਮਿੱਤਰੋ, ਜਿਹੜੀ ਕੁੰਡੀ ਅੜ ਗਈ ਹੋ ਜੂ ਹੁਣੇ ਨਿਤਾਰਾ ਬਈ। ਕਹਿੰਦੇ ਕੁੰਡੀ ਅੜੀ ਹੋਈ ਆ, ਮੈਚ ਸਿਰੇ ਦਾ ਫਾਈਨਲ ਹੈ, ਦਿਰਬਾ ਤੇ ਸ਼ੰਕਰਪੁਰ ਦੀਆਂ ਟੀਮਾਂ ਦੇ ਦਰਮਿਆਨ ਫਾਈਨਲ ਅਕਾਲਗੜ੍ਹ ਦੇ ਕੱਪ ਦਾ, ਦੁਨੀਆਂ ਆਨੰਦ ਮਾਰ ਰਹੀ ਹੈ। ਦੁੱਬਲੀ ਵਾਲਾ ਭੀਮ ਉਸ ਵੇਲੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ, ਆਹ ਬੋਲਿਆ ਹੋਇਆ ਧਾਵਾ ਹੈ, ਕੌਣ ਠੱਲ ਪਾਵੇਗਾ ਕਿ ਜਿਸਮ ਮਚਾਉਣਾ ਪੈਂਦਾ ਵਿੱਚ ਅੱਗ ਦੇ, ਫਿਰ ਕਿਤੇ ਜਾ ਕੇ ਚਰਚੇ ਹੁੰਦੇ ਨੇ ਵਿੱਚ ਜੱਗ ਦੇ, ਗੱਲਾਂ ਸੱਚੀਓ ਆਖਦਾ ਹੈ ਲੋਪੋ ਪਿੰਡ ਵਾਲਾ। ਕਹਿੰਦੇ ਕਾਲਗੜ੍ਹ ਦੇ ਵਿੱਚ ਸਿਰੇ ਦਾ ਮੈਚ ਚੱਲ ਰਿਹਾ, ਵੱਡੇ ਵੱਡੇ ਸਟਾਰ ਆ, ਬੁਲਟਾਂ ਦੇ ਫੈਸਲੇ ਹੋਣੇ ਆ, ਬੁਲਟਾਂ ਦੇ ਪੂਰੀ ਫੇਰ ਚੱਲਿਆ, ਛੰਨਾ ਪੂਰੀ ਫੇਰ ਆ ਗਿਆ, ਫਰਿਆਦ ਤਿਆਰ, ਇੰਦਰਜੀਤ ਤਿਆਰ, ਮਲੂਕ ਤਿਆਰ, ਆਹ ਚਾਰ ਚਾਰੇ ਦੁਨੀਆਂ ਦੇ ਮੰਨੇ ਪ੍ਰਮੰਨੇ, ਆਹ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ। ਭਰਾ ਲੱਗੇ ਹੋਏ ਆ, ਕਹਿੰਦੇ ਫਕੀਰ ਹੁਸੈਨ ਦੇ ਪੁੱਤਰ ਲੱਗੇ ਹੋਏ ਆ, ਆਹ ਵੇਖਦਾ ਵੀ ਇਸ ਵੇਲੇ ਕਲਸੀਆਂ ਵਾਲਾ ਕੋਸ਼ਿਸ਼ ਕਰ ਰਿਹਾ ਹੈ, ਪਰ ਭੂਰੀ ਐਨ ਛੇਤੀ ਕਿਤੇ ਲੋਟ ਨਹੀਂ ਆਉਂਦਾ ਹੈ। ਆਹ ਤਕੜਾ ਨੰਬਰ ਜੋੜਦਾ ਹੋਇਆ ਭੂਰੀ, ਅਗਲੀ ਰੇਡ ਨੌਜਵਾਨ ਸ਼ਾਜੀ ਪਾਉਣ ਦੇ ਲਈ ਖੇਡਾਂ ਦੇ ਵਿੱਚ ਵਾਧਾ ਹੋਇਆ। ਲਓ ਸ਼ਕਰਪੁਰੀਆ ਸ਼ਹਿਜਾਦ ਅਲੀ ਕਬੱਡੀ ਪਾ ਰਿਹਾ, ਲੈ ਵੀ ਸ਼ਿਲੂ, ਆਹ ਜੱਫੇ ਲਾਉਣੇ ਪੈਣੇ ਆ, ਜੱਫੇ ਹੋਰ ਲਾਉਣੇ ਪੈਣੇ ਆ ਕਿ ਵਾਰ ਵਾਰ ਇਹ ਜੱਫੇ ਲਾਉਣੇ, ਕੰਮ ਨੀ ਕੇਰਾਂ ਦਾ। ਫੇਰ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ, ਆਓ ਸ਼ਾਜੀ 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 ਇਸ ਵੇਲੇ ਸ਼ਾਜੀ ਮੇਰੇ ਵੀਰੋ ਐਨ ਕਹਿੰਦੇ ਲਾਓ 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 ਸ਼ੀਲੂ 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 ਹੋ ਗਿਆ। ਉਹ ਦੇਖ ਕੱਪੜੇ ਲਾ ਕੇ ਕਿਵੇਂ ਭੰਗੜੇ ਪਾ ਰਹੇ, ਦੀਵਾਨੇ ਆ ਲੋਕ, ਦੀਵਾਨੇ ਆ ਲੋਕ, ਦੀਵਾਨੇ ਆ ਲੋਕ, ਕਬੱਡੀ ਦੇ ਦੀਵਾਨੇ ਆ ਦਾ ਇਹ। ਬੇਨਤੀ ਆ ਬੇਲੇ, ਕੋਈ ਗੱਲ ਨੀ, ਪਿਆਰ ਨਾਲ ਫਰਿਆਦ, ਪਿਆਰ ਨਾਲ ਮੇਰਾ ਵੀਰ, ਪਿਆਰ ਨਾਲ, ਪਿਆਰ ਨਾਲ ਲੜਨਾ ਨੀ ਯਾਰ, ਜੇ ਕੋਈ ਮਨ ਦੇ ਵਿੱਚ ਹੈ ਤੇ ਆਪਾਂ ਕੋਈ ਗੱਲ ਕਲੀਅਰ ਕਰ ਲਾਂਗੇ।
ਜਿਹੜਾ ਨੰਬਰ ਹੈ ਹੋਲਡ ਹੈ, ਇਹਦਾ ਫੈਸਲਾ ਬਾਅਦ ਦੇ ਵਿੱਚ ਰੀਪਲੇ ਦੇਖ ਕੇ ਕੀਤਾ ਜਾਵੇਗਾ। ਇਹ ਨੋਟ ਕਰ ਲਿਓ ਬਿੱਲਾ ਗਰਮ ਜੀ। ਲਓ ਅਗਲੀ ਰੇਡ ਕੌਣ ਪਾਵੇਗਾ? ਮੈਚ ਨੂੰ ਕੰਟੀਨਿਊ ਕਰ ਦਈਏ, ਮੈਚ ਨੂੰ ਆਪਾਂ ਚਾਲੂ ਕਰ ਦਈਏ। ਅਗਲੀ ਰੇਡ ਕਹਿੰਦੇ ਲੁੱਦਰ ਫੇਰ ਆ ਗਿਆ, ਦਿੜਬੇ ਵਾਲਾ ਲੁੱਦਰ ਫੇਰ ਆ ਗਿਆ, ਲੁੱਦਰ ਫੇਰ ਆ ਗਿਆ। ਪਿਆਰ ਨਾਲ, ਪਿਆਰ ਨਾਲ, ਪਿਆਰ ਨਾਲ, ਪਿਆਰ ਨਾਲ, ਪਿਆਰ ਨਾਲ, ਪਿਆਰ ਨਾਲ, ਪਿਆਰ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ ਆ। ਮਲੂਕ ਕੋਈ ਨਹੀਂ, ਪਿਆਰ ਨਾਲ ਮਲੂਕ, ਸੱਤੀ ਪਿਆਰ ਨਾਲ ਧਿਆਨੇ।